ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ। ਲਓ ਜੀ, ਅੱਜ ਆਪਾਂ ਇੱਕ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ। ਇਹ ਟਰੈਕਟਰ ਹੈ ਜੀ 3511 1978 ਮਾਡਲ ਟਰੈਕਟਰ ਹੈ। ਓਵਰਆਲ ਕੰਮ ਹੋਣ ਤੋਂ ਬਾਅਦ ਹੁਣ ਇਹ ਪੇਂਟ 'ਤੇ ਲੱਗ ਗਿਆ ਹੈ, ਵੇਖ ਸਕਦੇ ਹੋ ਤੁਸੀਂ ਪੇਂਟ ਹੋਣ ਦਿਆ ਇਹ ਵੀਡੀਓ 'ਚ। ਅਤੇ ਬਾਕੀ ਪੇਂਟਰ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਪੇਂਟ ਕਰਦੇ ਪਏ ਨੇ, ਅਤੇ ਕੋਈ ਕਮੀ ਨਾ ਰਹਿ ਜੇ, ਸਾਰਾ ਧਿਆਨ ਰੱਖਣਾ ਪੈਂਦਾ ਇਸ ਨੂੰ ਵੀ, ਕਿਉਂਕਿ ਪੇਂਟ ਤੋਂ ਹੀ ਟਰੈਕਟਰ ਦੀ ਕੁਆਲਿਟੀ ਬਣਦੀ ਹੈ। ਇੰਜਨ ਦਾ ਤਾਂ ਚਲੋ ਕੰਮ ਸਾਰਾ ਮਕੈਨੀਕਲ ਕੰਮ ਹੋ ਜਾਂਦਾ, ਜੇ ਆਪਾਂ ਪੇਂਟ ਦੀ ਗੱਲ ਕਰੀਏ ਤਾਂ ਪੇਂਟ ਜੇ ਵਧੀਆ ਕਰਾਂਗੇ ਤਾਂ ਜਚੇਗਾ, ਸ਼ੋ ਬਣੇਗੀ ਉਹਦੀ, ਦੂਰੋਂ ਦਿਸੇਗਾ ਵੀ ਹਾਂ ਵਧੀਆ ਚੀਜ਼ ਬਣਾਈ ਹੈ। ਪੇਂਟ 'ਤੇ ਹੀ ਆ, ਵੇਖੋ ਵੇਖ ਸਕਦੇ ਤੁਸੀਂ ਬਿਲਕੁਲ ਕਲੈਰਿਟੀ, ਸ਼ਾਈਨ ਵੇਖੋ ਕਿੰਨੀ ਹੈ ਲਿਆ ਹਾਲੀ, ਅਤੇ ਅੰਦਰ ਇਹ ਲਾਈਟ 'ਚ। ਬਾਕੀ ਜਦੋਂ ਬਾਹਰ ਜਦੋਂ ਆਪਾਂ ਵੀਡੀਓ ਦਾ ਰਿਵਿਊ ਕਰਾਂਗੇ ਉਦੋਂ ਹੋਰ ਵੀ ਵਧੀਆ ਸ਼ਾਈਨ ਦੇਗਾ। ਪਹਿਲਾਂ ਵੀ ਤੁਸੀਂ 3511 ਦੀ ਵੀਡੀਓ ਵੇਖੀ ਹੋਣੀ ਹੈ, ਉਹ ਵੀ ਟਰੈਕਟਰ ਬਹੁਤ ਵਧੀਆ ਟਰੈਕਟਰ ਤਿਆਰ ਹੋਇਆ ਸੀ, ਉਵੇਂ ਟਰੈਕਟਰ ਤਿਆਰ ਹੋਣਾ ਹੈ ਵੀ। ਅਤੇ ਬਾਕੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਜੇ। ਆਪਾਂ ਇੱਕ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਜਲਦ ਮਿਲਾਂਗੇ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਬਹੁਤ ਬਹੁਤ।